ਬਿਲਕੁਲ ਜੀ, ਅੱਜ ਤਾਂ ਹੂ ਬਹੂ ਦੇਖ ਕੇ ਸਾਡੇ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਹੈਲਥ ਦੇ ਵਿੱਚ ਜੋ ਉਹਨਾਂ ਨੇ ਵਾਅਦੇ ਲਈ ਪ੍ਰੋਮਿਸ ਕੀਤੇ ਸੀ ਅਤੇ ਉਹਨੂੰ ਅਸੀਂ ਕਿੰਨੀ ਜਲਦੀ ਦੇ ਨਾਲ ਪੂਰਾ ਕਰ ਰਹੇ ਹਾਂ। ਸੋ ਅੱਜ ਇੱਥੇ ਬਠਿੰਡਾ ਹਸਪਤਾਲ ਵਿਖੇ 7 ਡਾਇਲਸਿਸ ਮਸ਼ੀਨਾਂ ਔਰ ਉਸ ਤੋਂ ਬਾਅਦ ਬਹੁਤ ਦੂਰੋਂ ਦੂਰੋਂ ਪੇਸ਼ੈਂਟਸ ਦਾ ਆਉਣਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਹੈਲਥ ਦੇ ਵਿੱਚ ਵਾਕਈ ਜਿਹੜੀ ਦਿਖਣ ਯੋਗ ਚੇਂਜ ਆਈ ਆ। ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਸਟਾਫ ਦੀ ਗੱਲ ਕੀਤੀ ਗਈ ਔਰ ਜਿਸ ਤਰ੍ਹਾਂ ਮਾਨ ਸਾਹਿਬ ਦੀ ਜੋ ਅਪਰੋਚ ਹੈ ਹੈਲਥ ਸਿਸਟਮ ਵੱਲ, ਤਾਂ ਸਿਰਫ ਬਠਿੰਡਾ ਹੀ ਨਹੀਂ ਹੋਰ ਜ਼ਿਲ੍ਹਿਆਂ ਵਿੱਚ ਵੀ ਜਿੰਨੇ ਵੀ ਹਸਪਤਾਲ ਨੇ ਉਹਨਾਂ ਵਿੱਚ ਸਟਾਫ ਦੀ ਘਾਟ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਦੀਆਂ ਆਧੁਨਿਕ ਮਸ਼ੀਨਾਂ ਉਹਨਾਂ ਹਸਪਤਾਲਾਂ ਵਿੱਚ ਵੀ ਪਹੁੰਚਾ ਕੇ ਅਸੀਂ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਕਿ ਸਿਹਤ ਦੇ ਪੱਖ ਤੋਂ ਅਸੀਂ ਉਹਨਾਂ ਨੂੰ ਹਰ ਪਾਸਿਓਂ ਸਹੂਲਤ ਦੇਵਾਂਗੇ ਤਾਂ ਉਸ ਨੂੰ ਅਸੀਂ ਜਲਦ ਤੋਂ ਜਲਦ ਪੂਰਾ ਕਰਾਂਗੇ। ਬਿਲਕੁਲ ਜੀ, ਡਾਕਟਰ ਸਾਹਿਬ ਨਾਲ ਇਸੇ ਗੱਲ 'ਤੇ ਡਿਸਕਸ ਹੋ ਗਈ ਹੈ ਅਤੇ ਡੀਸੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਕਿ ਜਿਹੜੇ ਸਟਾਫ ਲਈ ਉਹਨਾਂ ਨੇ ਆਪਣੇ ਪੱਧਰ 'ਤੇ ਹੀ ਮੈਨੇਜ ਕੀਤਾ ਹੋਇਆ ਤਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨਵੇਂ ਭਰਤੀ ਹੋ ਰਹੇ ਨੇ ਡਾਕਟਰ ਜਿਸ ਤਰ੍ਹਾਂ ਵੀ ਜਿਹੜੇ ਆਉਣਾ ਚਾਹੁੰਦੇ ਨੇ ਜਾਂ ਨੇੜੇ ਤੇੜੇ ਨੇ ਉਹਨਾਂ ਨੂੰ ਅਸੀਂ ਇਸ ਹਸਪਤਾਲ ਵੱਲ ਲੈ ਕੇ ਆਈਏ ਤਾਂ ਕਿ ਅਸੀਂ ਹਸਪਤਾਲ ਦੀਆਂ ਜੋ ਫੈਸਿਲਿਟੀਜ਼ ਹੈ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸੌਖ ਆਵੇ। ਦੇਖੋ, ਇਹ ਤਾਂ ਪੋਲੀਟੀਕਲੀ ਕੋਈ ਵੀ ਪਾਰਟੀ ਕਿਸੇ ਵੀ ਤਰ੍ਹਾਂ ਨਾਲ ਆਪਣੇ ਆਪ ਨੂੰ ਰੀਪ੍ਰਜੈਂਟ ਕਰਦੀ ਰਹਿੰਦੀ ਹੈ। ਸੋ ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਨੂੰ ਐਕਸਪੈਂਡ ਕਰਨ ਲਈ ਜੋ ਆਪਣਾ ਸ਼ੁਰੂ ਕੀਤਾ ਹੈ ਭਾਰਤ ਜੋੜੋ ਯਾਤਰਾ, ਇਹ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿਸ ਐਂਗਲ ਨੂੰ ਉਹਨਾਂ ਨੇ ਸਾਹਮਣੇ ਲਿਆ ਕੇ ਸ਼ੁਰੂ ਕੀਤਾ। ਬਾਕੀ ਹਰ ਕੋਈ ਆਪਣਾ ਵਿਸਤਾਰ ਕਰਨਾ ਹੀ ਚਾਹੁੰਦਾ ਤਾਂ ਕਰ ਰਹੇ ਨੇ। ਜੇਕਰ ਹਰਸਿਮਰਤ ਕੌਰ ਬਾਦਲ ਇਹ ਕਹਿ ਰਹੇ ਨੇ ਕਿ ਸਰਪੰਚੀ ਵੀ ਨਾ ਦੇਣ ਵਾਲੇ ਲੋਕ ਸੱਤਾ ਵਿੱਚ ਆ ਗਏ ਨੇ ਤਾਂ ਮੈਨੂੰ ਲੱਗਦਾ ਕਿ ਆਮ ਲੋਕਾਂ ਦੀ ਜਿੱਤ ਹੈ ਉਹ ਆਪ ਹੀ ਕਬੂਲ ਕਰ ਰਹੇ ਨੇ। ਜਿਹੜੇ ਲੋਕ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਅਸੀਂ ਇਹਨਾਂ ਕੁਰਸੀਆਂ 'ਤੇ ਆਵਾਂਗੇ, ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸੰਭਵ ਕਰਕੇ ਦਿਖਾਇਆ ਕਿ ਇਹ ਲੋਕਤੰਤਰ ਹੈ, ਵਾਕਈ ਇੰਨਾ ਸਟਰੋਂਗ ਲੋਕਤੰਤਰ ਹੈ ਵੀ ਕੋਈ ਵੀ ਇਨਸਾਨ ਕਿਸੇ ਵੀ ਘਰ ਤੋਂ ਉੱਠ ਕੇ MLA ਜਾਂ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ। ਜਿੱਥੋਂ ਤੱਕ 1000 ਰੁਪਏ ਦੀ ਗੱਲ ਕਰਦੇ ਹੋ, ਅਸੀਂ ਪੂਰਾ ਡਾਟਾ ਤਿਆਰ ਕਰ ਚੁੱਕੇ ਹਾਂ ਕਿ ਕਿੰਨੀਆਂ ਮਹਿਲਾਵਾਂ ਨੂੰ ਅਸੀਂ ਇਹ ਜਿਹੜਾ ਲਾਭ ਹੈ ਦੇਣਾ ਹੈ ਅਤੇ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਇਹ ਉਹਨਾਂ ਮਹਿਲਾਵਾਂ ਨੂੰ ਲਾਭ ਦਿੱਤਾ ਜਾਵੇ ਕਿਉਂਕਿ ਬਜਟ ਸੈਸ਼ਨ ਵੀ ਸ਼ੁਰੂ ਹੋਣ ਵਾਲਾ ਹੈ। ਸੋ ਉਸ ਡਾਟੇ ਨਾਲ ਕੰਪੇਅਰ ਕਰਕੇ ਉਸ ਤੋਂ ਬਾਅਦ ਇਹ ਸਕੀਮ ਸ਼ੁਰੂ ਕੀਤੀ ਜਾਵੇ। 108 ਐਂਬੂਲੈਂਸ ਹੜਤਾਲ ਤੇ ਗਏ ਖਜਲਵਾਰੀ ਹੋ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਮਰੀਜ਼ਾਂ ਦੇ ਪ੍ਰਤੀ ਲਾਪਰਵਾਹੀ ਵਰਤ ਕੇ ਕੋਈ ਹੈਲਥ ਸਿਸਟਮ ਨਾਲ ਜੁੜੇ ਹੋਏ ਲੋਕਾਂ ਨੂੰ ਹੜਤਾਲ 'ਤੇ ਜਾਣਾ ਚਾਹੀਦਾ। ਮੈਂ ਉਹਨਾਂ ਨੂੰ ਅਪੀਲ ਕਰਾਂਗੀ ਕਿ ਉਹ ਮਰੀਜ਼ਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ। ਇੱਕ ਤੁਹਾਡੇ ਪੈਨਸ਼ਨ ਮਹਿਕਮੇ ਦੇ ਵਿੱਚ ਕਾਫੀ ਸਾਰੇ ਤੁਸੀਂ ਜਿਹੜੇ ਜਾਲੀ ਕੱਢੇ ਸੀ ਲਾਭਪਾਤਰੀ ਜੀ ਪੈਨਸ਼ਨ ਦੇ ਵਿੱਚ, ਅਸੀਂ ਪਹਿਲਾਂ ਤਾਂ ਉਹ ਲਾਭਪਾਤਰੀ ਕੱਢੇ ਸੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ। ਸੋ ਡੈਡ ਬੈਨੀਫਿਸ਼ਰੀ ਜਿਹੜੇ ਉਹਨਾਂ ਦੇ ਗੁਵਾਰਸ ਜਾਂ ਲੈ ਰਹੇ ਸੀ ਪੈਨਸ਼ਨ, ਉਹ 90,000 ਤੋਂ ਉੱਪਰ ਲੋਕ ਸੀਗੇ, ਤਾਂ ਉਹ ਸਾਰਿਆਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਉਸ ਦੇ ਨਾਲ ਸਰਕਾਰ ਨੂੰ ਹਰ ਮਹੀਨੇ ਤਕਰੀਬਨ 14 ਤੋਂ 15 ਕਰੋੜ ਰੁਪਇਆ ਜਿਹੜਾ ਫਾਇਦਾ ਹੋਇਆ। ਅਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਲੋਕਾਂ ਦੀ ਇਨਕਮ ਜ਼ਿਆਦਾ ਹੈ ਅਤੇ ਪੈਨਸ਼ਨ ਲੈ ਰਹੇ ਨੇ ਤਾਂ ਉਹਨਾਂ ਦੀ ਵੀ ਸਾਡੇ ਕੋਲ ਗਿਣਤੀ ਜਿਹੜੀ ਹੈ ਉਹ 60,000 ਤੋਂ ਉੱਪਰ ਆ ਗਈ ਹੈ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਸਲੀ ਲਾਭਪਾਤਰੀ ਹੈ ਉਹਨਾਂ ਤੱਕ ਪਹੁੰਚੇ ਅਤੇ ਇਸ ਤਰ੍ਹਾਂ ਦੇ ਜਿੰਨੇ ਵੀ ਜਾਅਲੀ ਜਾਂ ਗਲਤ ਲੋਕ ਲੈ ਰਹੇ ਨੇ ਉਹਨਾਂ ਨੂੰ ਅਸੀਂ ਪੈਨਸ਼ਨ ਬਿਲਕੁਲ ਬੰਦ ਕਰਾਂਗੇ। ਅਸੀਂ ਹੈਲਥ ਸਿਸਟਮ ਦਾ ਮਸਲਾ ਹੈ ਪਰ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਜ਼ਰੂਰ ਮੰਤਰੀ ਸਾਹਿਬ ਤੱਕ ਪਹੁੰਚਾ ਦੇਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜਲਦ ਉਹਨਾਂ ਦੀ ਸੈਲਰੀ ਮਿਲ ਜਾਵੇ।